ਅਕਾਲੀ ਦਲ ਦੇ ਨੇਤਾ ਬਿਰਸਾ ਸਿੰਘ ਵਲਟੋਹਾ ਨੇ ਆਖਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਕਨਵੀਨਰ ਇਸ ਦੇ ਲਈ ਬਣਾਇਆ ਕਿਉਂਕਿ ਭਗਵੰਤ ਮਾਨ ਕੇਜਰੀਵਾਲ ਦੀ ਹਰ ਕਮਜ਼ੋਰੀ ਤੋਂ ਜਾਣੂ ਨੇ। ਵਲਟੋਹਾ ਨੇ ਇਹ ਵੀ ਆਖਿਆ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਭੰਗ ਕਰਕੇ ਨਵਾਂ ਜਥਾ ਤਿਆਰ ਕਰਨ ਦੀਆਂ ਕੋਸ਼ਿਸ਼ਾਂ ਆਰੰਭੀਆਂ ਨੇ, ਜਿਸ ਵਿੱਚ ਪੁਰਾਣੇ ਵਰਕਰ ਅਤੇ ਨਵੇਂ ਵਰਕਰਾਂ ਨੂੰ ਵੀ ਮੌਕਾ ਦਿੱਤਾ ਜਾਵੇਗਾ। ਵਲਟੋਹਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਵਾਅਦਿਆਂ ਤੋਂ ਭੱਜਣ ਦੇ ਇਲਜ਼ਾਮ ਵੀ ਲਗਾਏ ਨੇ। ਕਪਿਲ ਮਿਸ਼ਰਾ ਜੀ ਨੇ 2 ਕਰੋੜ ਰੁਪਏ ਦੇ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ ਨੇ ਕਿ ਉਹਨਾਂ ਦੇ ਸਾਹਮਣੇ 2 ਕਰੋੜ ਰੁਪਏ ਦੀ ਰਿਸ਼ਵਤ ਲਈ ਕੈਸ਼ ਲਿਆ ਕੇਜਰੀਵਾਲ ਜੀ ਨੇ, ਅਤੇ ਤੁਰੰਤ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਉਹਦੇ ਵਿੱਚ ਅੱਜ ਨਵਾਂ ਹੀ ਡਰਾਮਾ ਕਰ ਦਿੱਤਾ EVM ਦੇ ਉੱਤੇ, ਜਿਹੜੇ ਕਿੰਤੂ ਪਰੰਤੂ ਉੱਥੇ ਹੋਰ ਤਰ੍ਹਾਂ ਦਾ ਡੈਮੋਸਟ੍ਰੇਸ਼ਨ ਕੀਤਾ ਗਿਆ। ਇਹ ਕੇਵਲ ਅਤੇ ਕੇਵਲ ਲੋਕਾਂ ਦਾ ਚੱਲ ਰਹੇ ਚਰਚਾ ਤੋਂ ਧਿਆਨ ਭੜਕਾਉਣ ਲਈ ਅਤੇ ਆਪਣੇ ਆਪ ਨੂੰ ਬਚਾਉਣ ਲਈ ਇੱਕ ਤਰ੍ਹਾਂ ਦੀ ਅਸਫਲ ਕੋਸ਼ਿਸ਼ ਹੈ। ਬਚਦੇ ਤਾਂ ਨਹੀਂ ਹੁਣ ਨਜ਼ਰ ਆਉਂਦੇ। ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਵਾਰ ਪਾਰਟੀ ਨੂੰ ਸਮੁੱਚੇ ਢਾਂਚੇ ਨੂੰ ਭੰਗ ਕਰ ਦਿੱਤਾ। ਹੁਣ ਨਵੇਂ ਸਿਰਿਓਂ ਢਾਂਚਾ ਬਣਨਾ, ਅਹੁਦੇਦਾਰ ਨਿਯੁਕਤ ਹੋਣੇ ਨੇ, ਔਰ ਸਰ ਸੁਖਬੀਰ ਸਿੰਘ ਬਾਦਲ ਦੀ ਅਤੇ ਪਾਰਟੀ ਦੀ ਇਹੀ ਇੱਛਾ ਕਿ ਜਿਹੜੇ ਲੋਕ ਕੰਮ ਕਰਨ ਦੀ ਸਮਰੱਥਾ ਰੱਖਦੇ ਨੇ, ਜਿਨ੍ਹਾਂ 'ਚ ਲੋਕਾਂ ਨੂੰ ਜਥੇਬੰਦ ਕਰਨ ਦੀ ਸ਼ਕਤੀ ਹੈ, ਜਿਹੜੇ ਲੋਕਾਂ ਵਿੱਚ ਵਿਚਰਦੇ ਨੇ, ਉਹਨਾਂ ਨੂੰ ਜਿਹੜੇ ਆ ਅਹੁਦੇ ਦਿੱਤੇ ਜਾਣ।